हेलो हाय एवरीवन, मेरा नाम है रोहित बैंस ते मैं शिवाली मोड़ सीनियर सेकेंडरी स्कूल भी पढ़ना हाँ ते मैं 7th क्लास विच हाँ ते मेरा एको ही एम है मैं सिंगर बनना चाहना हाँ ते मैं वड्डे हो गए भी सिंगिंग लाइन च जाना चाहना हाँ ते मैं अगर दो सिस्टर ने अमन ते कशिश ते मैं अपने पेरेंट्स की बहुत ज़्यादा रिस्पैक्ट करता हाँ ते मेरे पापा शॉप ते लगे हुए ने ते मेरे मदर हाउस वाइफ ने ते इस करके मैं अपने मदर का बहुत ते पापा का बहुत नाम रोशन करना चाहना हाँ ते मैं अपने स्कूल विच भी गायकी बहुत अगे हाँ सारे नालों ते अगे मैं कोई स्टेज नहीं सी मिल रही ते KKSC की पूरी टीम मेरे स्कूल विच आई ते उन्होंने स्कूल वाले नु कहा ते मैं मेरी गायकी विच पूरी सपोर्ट की ते फिर मैं KKSC विच गया ते फिर मैं किन्ने राउंड पार कर चुका हाँ। पहला मैं ऑडिशन दिता हैप्पी गुरदासपुर हैप्पी सीनियर सैकेंडरी स्कूल, दूसरा फिर मैं उत्थे दिता सी हैप्पी सीनियर सैकेंडरी स्कूल, तीसरा फिर मैं दिता बटाले, चौथा फिर मैं बटाले दिता सी ते हुण मैं KKSD दे ग्रैंड फिनाले विच पहुँच चुका हाँ ते मैनूं पता है भी मैं जजिस नूं खुश करके ते हुण जित के वापस आवांगा। हो मेरी मां नूं हमेशा खुश रखे करतार, आने लगे नू रुपया चोरी दिता सी हजार, हो मेरी मां नू हमेशा खुश रखे करतार, आने लगे नू रुपया चोरी दिता सी हजार, हो किसाल जिवदेसा पुत वसदा ओनू ओदे जज्बात मेरे बारे पुछ दे, हो रोटी खादी है कि नहीं कली मां पुछ दी, हो किन्ने डालर कमुना बाकी सारे पुछ दे, हो पुछ दे ने कई की साडे लई ले आवेगा पर अम्मी पुछे पुता घर कदों आवेगा, हो पुछ दे ने कई की साडे लई ले आवेगा पर अम्मी पुछे पुता घर कदों आवेगा, एक मेरी मां जिनू दिलों या फिकर, एक मेरी मां जिनू दिलों या फिकर, बाकी हाल सारे लालचां दे मारे फिरे दे, हो रोटी खादी है कि नहीं कली मां पुछदी, हो किन्ने डालर कमोना बाकी सारे पुछ दे, ओ हला शेरी देन लई वखों दी झूठा हस के पता मैनू रोंदी हो जरूर फोन कट के, ओ अल्लाह शेरी देन लई वखों दी झूठा हस के पता मैनू रोंदी हो जरूर फोन कट के, हो विच परदेसा पुत सुता के नहीं सुता, विच परदेसा पुत सुता के नहीं सुता, राती जागदी नू अंबरां दे तारे पुछ दे, हो रोटी खादी है कि नहीं कली मां पुछ दी, ओ किन्ने डालर कमोना बाकी सारे पुछ दे। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੀਤਾ ਆ ਔਰ ਮੈਂ ਇੱਕ ਹਾਊਸ ਵਾਈਫ ਹਾਂ। ਹਾਊਸ ਵਾਈਫ ਦੇ ਨਾਲ ਨਾਲ ਇੱਕ ਛੋਟਾ ਜਿਹਾ ਕੰਮ ਕਰਦੀ ਹਾਂ, ਛੋਟੇ ਜਿਹੇ ਸਕੂਲ ਵਿੱਚ ਹੀ ਜਾਂਦੀ ਹਾਂ ਔਰ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹਾਂ, ਆਪਣੇ ਹਸਬੈਂਡ ਦਾ ਨਾਲ ਸਾਥ ਦੇ ਰਹੀ ਹਾਂ ਔਰ ਮੈਂ ਮੇਰਾ ਬੇਟਾ ਬਚਪਨ ਤੋਂ ਹੀ ਕਹਿੰਦਾ ਕਿ ਮੰਮੀ ਮੈਂ ਸਿੰਗਿੰਗ ਕਰਨੀ ਹੈ ਔਰ ਥੋੜ੍ਹੀ ਸਪੋਰਟ ਨਹੀਂ ਦਿੱਤੀ ਗਈ ਮਗਰ ਸਿੰਗਿੰਗ ਵਾਲੇ ਪਾਸੇ, ਚਲੋ ਸਕੂਲ 'ਚ ਗਿਆ, ਸਕੂਲ 'ਚ ਜਾ ਕੇ ਸਿੰਗਿੰਗ ਵਾਲੇ ਪਾਸੇ ਥੋੜ੍ਹਾ ਧਿਆਨ ਕਰ ਲਿਆ ਔਰ ਸਕੂਲ 'ਚ ਕੋਈ ਵੀ ਫੰਕਸ਼ਨ ਹੋਣਾ ਬੇਟੇ ਨੇ ਜਾ ਕੇ ਸਟੇਜ 'ਤੇ ਬੋਲਣਾ, ਚਲੋ ਕੋਈ ਨਹੀਂ ਟੀਚਰ ਨੇ ਕਹਿਣਾ ਕਿ ਕੋਈ ਨਹੀਂ ਜਾਣ ਦਿਓ ਤੁਸੀਂ ਜਿੱਧਰ ਜਾ ਰਿਹਾ, ਚਲੋ ਥੋੜ੍ਹੀ ਜਿਹੀ ਸਪੋਰਟ ਕੀਤੀ ਮਗਰ ਔਰ ਅਸੀਂ ਇਹਨੂੰ ਕਿਤੇ ਸਿੰਗਿੰਗ ਵਾਸਤੇ ਕੋਈ ਗੁਰੂ ਲੱਭ ਕੇ ਉੱਧਰ ਵਾਲੇ ਸਾਈਡ ਭੇਜ ਦਿੱਤਾ, ਹੁਣ ਇਹ ਸਿੰਗਿੰਗ ਕਰ ਰਿਹਾ ਔਰ ਓਡੀਸ਼ਨ ਦੇਣ ਵਾਸਤੇ KKH ਟੀਮ ਵੱਲੋਂ ਸਾਨੂੰ ਕੁਛ ਦਿੱਤਾ ਗਿਆ ਭੇਜ ਦਿਆ, ਅਸੀਂ ਉਹਦੇ ਤੋਂ ਉਹਨਾਂ ਦੇ ਉੱਥੇ ਗਏ ਓਡੀਸ਼ਨ ਦੇਣ ਵਾਸਤੇ ਔਰ ਬੇਟਾ 2-3 ਓਡੀਸ਼ਨ ਇਸ ਤਰ੍ਹਾਂ ਹੀ ਪਾਰ ਕਰਦਾ ਗਿਆ ਔਰ ਹੁਣ ਫਾਈਨਲ 'ਚ ਚਲੇ ਗਿਆ ਔਰ ਮੈਂ ਚਾਹੁੰਦੀ ਹਾਂ ਕਿ ਫਾਈਨਲ 'ਚ ਚਲੇ ਗਿਆ ਅਤੇ ਮਾਲਕ ਦੀ ਇੰਨੀ ਕਿਰਪਾ ਹੋ ਜਾਵੇ ਕਿ ਹੁਣ ਫਾਈਨਲ ਦਾ ਰਾਊਂਡ ਜਿੱਤ ਕੇ ਹੀ ਵਾਪਸ ਆਵੇ। ਬੇਟੇ ਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਰਣਜੀਤ ਬਾਵੇ ਦੇ ਜਦੋਂ ਵੀ ਕੋਈ ਨਵਾਂ ਸੌਂਗ ਸੁਣਨਾ ਔਰ ਇਹਨੇ ਉੱਚੀ ਉੱਚੀ ਹੇਕਾ ਲਾ ਕੇ ਬੋਲਣਾ ਸ਼ੁਰੂ ਕਰ ਦੇਣਾ।
ਅਸੀਂ ਕਹਿੰਦਾ ਰੋਹਿਤ ਤੂੰ ਇਸ ਤਰ੍ਹਾਂ ਨਾ ਕਰਿਆ ਕਰ, ਇਹ ਤੂੰ ਕਿਹੜੇ ਪਾਸੇ ਜਾ ਰਿਹਾ? ਨਹੀਂ ਮੰਮੀ ਮੈਂ ਸਿੰਗਿੰਗ 'ਚ ਹੀ ਜਾਣਾ ਆ, ਮੈਂ ਉਹੀ ਹੀ ਕਰਨੀ ਆ। ਚਲੋ ਕੋਈ ਨਹੀਂ, ਸਪੋਰਟ ਕੀਤੀ, ਸਿੰਗਿੰਗ 'ਚ ਜਾਣਾ ਸ਼ੁਰੂ ਕਰ ਦਿੱਤਾ। ਬੇਟਾ ਹੁਣ ਫਾਈਨਲ ਰਾਊਂਡ 'ਚ ਪਹੁੰਚ ਚੁੱਕਿਆ ਹੈ, ਕਿਸਮੇ ਕਿਤਨਾ ਦੰਗ, ਔਰ ਸ਼ੁਕਰ ਕਰਦੇ ਆ ਪਰਮਾਤਮਾ ਦਾ ਕਿ ਮਾਲਕ ਨੇ ਇੱਥੇ ਤੱਕ ਪਹੁੰਚਾ ਤਾ। ਔਰ ਅਸੀਂ ਅੱਗੇ ਵੀ ਚਾਹੁੰਦੇ ਕਿ ਮਾਲਕ ਦਾ ਬਹੁਤ ਜ਼ਿਆਦਾ ਸ਼ੁਕਰ ਕਰਾਂਗੇ ਕਿ ਮਾਲਕ ਦਾ ਕਿ ਦਿੱਤਾ ਹੋਇਆ ਸਭ ਕੁਛ ਹੈ, ਅਤੇ ਅੱਗੇ ਵੀ ਬੇਟਾ ਬਹੁਤ ਜ਼ਿਆਦਾ ਤਰੱਕੀਆਂ ਕਰਕੇ ਘਰ ਵਾਪਸ ਆਏ। ਮੈਂ KKS ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਇੱਥੇ ਤੱਕ ਪਹੁੰਚਾਇਆ। ਥੈਂਕ ਯੂ। ਮੇਰਾ ਨਾਮ ਜੀ ਅਮਰਜੀਤ ਜੀ, ਮੈਂ ਜੀ ਜਾਣਾ ਜੀ ਗੁਰਦਾਸਪੁਰ, ਆਪਣੀ ਦੁਕਾਨ 'ਤੇ ਲੱਗਾ ਹੋਵਾਂ ਜੀ, ਅਤੇ ਇਹ ਮੇਰਾ ਰੋਤੀ ਬੇਟਾ ਆ, ਅਤੇ ਮੈਨੂੰ ਹੋ ਗਿਆ ਜੀ 30 ਸਾਲ ਹੋ ਗਿਆ ਮੈਨੂੰ ਕੰਮ ਕਰਦੇ ਜੀ, ਇੱਕੋ ਦੁਕਾਨ 'ਤੇ ਜੀ, ਆਪਣਾ ਗੁਰਦਾਸਪੁਰ ਆ, ਪਿੰਡ ਵਾਲਾ ਚਾਹੀਦਾ ਜੀ। ਅਤੇ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਜੀ, ਗਾਣੇ ਬਹੁਤ ਚੰਗੇ ਲੱਗੇ ਦੇ। ਅਤੇ ਹੁਣ ਦੇਖੋ ਜੀ, ਮੇਰਾ ਬੇਟੇ ਨੂੰ ਬੜਾ ਸੰਗੀਤ ਦਾ ਜੀ ਸ਼ੌਂਕ ਜੇ, ਅਤੇ ਮੈਂ ਤਾਂ ਇਹੋ ਹੀ ਕਹਿੰਦਾ ਵੀ ਮੇਰਾ ਬੱਚਾ ਅੱਗੇ ਤੋਂ ਅੱਗੇ ਤਾਂ ਵਧੇ, ਮੇਰੀ ਤਾਂ ਇਹੋ ਖੁਆਇਸ਼ ਆ ਜੀ, ਇਹ ਤਾਂ ਅਤੇ ਤਾਂ ਹੀ ਆਏ, ਆਪਣੇ ਵੱਲ ਤਾਂ ਇਹੋ ਹੀ ਆ ਜੀ, ਅਤੇ ਅੱਗੇ ਹੁਣ ਇਹਦੀ ਮਿਹਨਤ ਦਾ ਨਤੀਜਾ ਜੀ, ਜੇ ਹੁਣ ਇਹਦਾ ਫਲ ਮਿਲੇਗਾ ਤਾਂ ਠੀਕ ਹੈ ਜੀ। ਸਾਰਾ ਨਮਸਕਾਰ ਜੀ, ਮੇਰਾ ਨਾਮ ਲਵਪ੍ਰੀਤ ਸਿੰਘ, ਅਤੇ ਮੈਂ ਰੋਹਿਤ ਬੈਂਸ ਦਾ ਵੱਡਾ ਬ੍ਰਦਰ ਹਾਂ। ਮੈਂ KKS ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਇਸ ਤੋਂ ਪਹਿਲਾਂ ਸਾਡਾ ਬ੍ਰਦਰ ਰੋਹਿਤ ਬੈਂਸ ਜਦੋਂ ਵੀ ਸਕੂਲ ਕੋਈ ਵੀ ਫੰਕਸ਼ਨ ਹੋਣਾ, ਐਨੂਅਲ ਮੀਟ ਹੋਣੀ, ਇਹਨੇ ਉੱਥੇ ਰਣਜੀਤ ਬਾਵਾ ਸਿੰਗਰ ਸਾਡੇ ਪੰਜਾਬ ਦੇ ਬਹੁਤ ਮਹਾਨ, ਉਹਨਾਂ ਦਾ ਗਾਣਾ ਗਾਉਣਾ, ਇਹਨੇ ਪ੍ਰੋਪਰ ਡਰੈਸ ਹੁੰਦੀ ਗਾਣੀ, ਪ੍ਰੋਪਰ ਡਰੈਸ ਪਾ ਕੇ, ਪੱਗ ਬੰਨ ਕੇ, ਸੂਟ ਪਾ ਕੇ ਗਾਣਾ। ਅਤੇ ਉਸ ਤੋਂ ਬਾਅਦ ਇਹਨਾਂ ਦੇ ਸਕੂਲ ਹੀ ਜਦੋਂ ਕਿਸਮੇ ਕਿਤਨਾ ਡੈਮ ਦੀ ਟੀਮ ਆਈ, ਅਤੇ ਉਸ ਤੋਂ ਬਾਅਦ ਦੇ ਹੈਪੀ ਹਾਈ ਸਕੂਲ ਵਿੱਚ ਐਡਮਿਸ਼ਨ ਦੇਣ ਗਿਆ, ਸਾਨੂੰ ਤਾਂ ਪਤਾ ਵੀ ਨਹੀਂ, ਜਸਟ ਘਰ ਆ ਕੇ ਬੋਲਿਆ ਕਿ ਮੈਨੂੰ ਬੀ ਹੈ, ਮੈਂ ਵਿਨ ਕਰ ਗਿਆ, ਸਾਨੂੰ ਬਹੁਤ ਖੁਸ਼ੀ। ਉਸ ਤੋਂ ਬਾਅਦ ਅਗਲਾ ਰਾਊਂਡ ਫਿਰ ਗੁਰਦਾਸਪੁਰ ਹੀ ਹੋਇਆ, ਫਿਰ ਥਰਡ ਰਾਊਂਡ ਜਦੋਂ ਬਟਾਲੇ ਵਿੱਚ ਹੋਇਆ, ਕੁਆਟਰ ਫਾਈਨਲ ਰਾਊਂਡ, ਮੈਨੂੰ ਇਹਨਾਂ ਜਾਣ ਦਾ ਮੌਕਾ ਮਿਲਿਆ, ਉੱਥੇ ਜਾ ਕੇ ਮੈਂ ਵਰੁਣ ਬੰਸਲ ਜੀ ਨੂੰ ਮਿਲਿਆ, ਉੱਥੇ ਜਾ ਕੇ ਵੇਖਣ ਦਾ ਮੌਕਾ ਮਿਲਿਆ ਕਿ ਕਿੱਥੇ ਕਿੱਥੇ ਦੇ ਸ਼ਹਿਰ ਦੇ ਲੋਕ ਆਏ ਆ, ਕੋਈ ਅੰਮ੍ਰਿਤਸਰ ਤੋਂ ਆਇਆ, ਕੋਈ ਜਲੰਧਰ ਤੋਂ ਆ ਰਿਹਾ, ਉੱਥੇ ਜਾ ਕੇ ਬਹੁਤ ਚੰਗਾ ਲੱਗਾ। ਫਿਰ ਬਾਅਦ 'ਚੋਂ ਇਹਨਾਂ ਦੀ ਕਾਲ ਆਈ ਕਿ ਤੁਹਾਡਾ ਬੇਟਾ ਕੁਆਟਰ ਫਾਈਨਲ ਰਾਊਂਡ ਵਿਨ ਕਰ ਗਿਆ। ਉਸ ਤੋਂ ਬਾਅਦ ਮੈਂ ਸੈਮੀਫਾਈਨਲ 'ਚ ਗਿਆ, ਸੈਮੀਫਾਈਨਲ 'ਚ ਬਹੁਤ ਵਧੀਆ ਇਹਨੂੰ ਵਿਊ ਮਿਲੇ, ਕਹਿੰਦੇ ਬਹੁਤ ਬਹੁਤ ਵਧੀਆ ਗਾਇਆ ਬੇਟਾ, ਤੁਹਾਡੇ ਬੇਟੇ ਨੇ ਬਹੁਤ ਵਧੀਆ ਕੀਤਾ। ਹੁਣ ਮੈਂ ਧੰਨਵਾਦ ਕਰਦਾ ਇਸ ਮਾਲਕ ਦਾ ਜਿਹਨੇ ਸਾਡੇ ਬੇਟੇ ਨੂੰ ਕੁਆਟਰ ਫਾਈਨਲ ਜਿਤਾ ਕੇ, ਸੈਮੀਫਾਈਨਲ ਜਿਤਾ ਕੇ ਗ੍ਰੈਂਡ ਫਾਈਨਲ 'ਚ ਪਹੁੰਚਾਇਆ। ਅਤੇ ਇੱਥੇ KKS ਦੀ ਪੂਰੀ ਟੀਮ, ਵਰੁਣ ਬਾਂਸਲ ਜੀ, ਸੋਨਾਕਸ਼ੀ ਬਾਂਸਲ ਜੀ, ਅਤੇ ਜਿੰਨੀ ਵੀ ਸਟਾਰ ਕਾਸਟ, ਜਿੰਨੀ ਵੀ ਟੀਮ ਹੈ ਜਿਹੜੀ ਉੱਥੇ ਹੁੰਦੀ, ਮੈਂ ਸਭ ਦਾ ਬਹੁਤ ਧੰਨਵਾਦ ਕਰਦਾ। ਅਤੇ ਮਾਲਕ ਅੱਗੇ ਇਹੀ ਅਰਦਾਸ ਹੈ ਕਿ ਰੋਹਿਤ ਬੈਂਸ ਜਿੱਤ ਕੇ ਘਰ ਆਏ, ਸਾਡੇ ਪਿੰਡ ਦਾ ਨਾਮ ਚਵੇਲੇ 'ਚ ਆਈ ਆ, ਸਾਡੇ ਸ਼ਹਿਰ ਦਾ ਨਾਮ ਅਤੇ ਸਕੂਲ ਦਾ ਨਾਮ ਰੋਸ਼ਨ ਕਰੇ। ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ। ਸਾਰਾ ਸਤਿ ਸ਼੍ਰੀ ਅਕਾਲ ਜੀ, ਨਾਮ ਅਮਨ ਹੈ, ਐਂਡ ਛੋਟਾ ਬ੍ਰਦਰ ਰੋਹਿਤ ਜੋ ਕਿ KKS ਕਿਸਮੇ ਕਿਤਨਾ ਦਮ ਸ਼ੋਅ ਵਿੱਚ ਫਾਈਨਲ ਰਾਊਂਡ 'ਤੇ ਪਹੁੰਚ ਚੁੱਕਿਆ, ਐਂਡ ਅਸੀਂ ਬਹੁਤ ਹੀ ਪ੍ਰਾਊਡ ਫੀਲ ਕਰਦੇ ਹਾਂ ਇਹਦੇ ਉੱਪਰ, ਜਿੱਥੋਂ ਤੱਕ ਇੰਨੀ ਪੂਰੀ ਮਿਹਨਤ ਕੀਤੀ ਹੈ, ਫੈਮਲੀ ਨੂੰ ਪੂਰੀ ਸਪੋਰਟ ਕਰਨੀ ਪਈ ਹੈ ਇਸ ਟਾਈਮ, ਐਂਡ ਛੋਟੇ ਜਿਹੇ ਪਲੇਟਫਾਰਮ ਤੋਂ ਕਾਫੀ ਫਾਈਨਲ ਰਾਊਂਡ ਤੱਕ ਪਹੁੰਚ ਚੁੱਕਿਆ। ਸੋ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈਗੀ ਹੈ ਸਾਡੇ ਵਾਸਤੇ, ਸਾਡੀ ਫੈਮਲੀ ਵਾਸਤੇ, ਸਾਡੇ ਪਿੰਡ ਵਾਸਤੇ, ਸ਼ਹਿਰ ਵਾਸਤੇ। ਸੋ ਅੱਗੇ ਵੀ ਇਹੀ ਵਿਸ਼ਿਸ਼ ਕਰਦੇ ਹਾਂ, ਸਾਡੀ ਵਿਸ਼ੇ ਦੇ ਨਾਲ ਹੈਗੇ ਕਿ ਫਾਈਨਲ ਰਾਊਂਡ ਤੋਂ ਜਿੱਤ ਕੇ ਵਾਪਸ ਆਏ, ਸ਼ਹਿਰ ਦਾ ਨਾਮ, ਸਕੂਲ ਦਾ ਨਾਮ ਰੋਸ਼ਨ ਕਰੇ। ਸੋ ਮੈਂ ਕਿਸਮੇ ਕਿਤਨਾ ਹੈ ਦਮ ਟੀਮ ਦਾ ਬਹੁਤ ਜ਼ਿਆਦਾ ਥੈਂਕ ਕਰਦਾ, ਜਿਹਨਾਂ ਨੇ ਛੋਟੇ ਜਿਹੇ ਪਲੇਟਫਾਰਮ ਤੋਂ ਵੱਡੇ ਵੱਡੇ ਪਲੇਟਫਾਰਮ ਤੱਕ ਬੱਚੇ ਨੂੰ ਲੈ ਕੇ ਗਏ ਹੈ। ਸੋ ਮੈਂ ਸਪੈਸ਼ਲ ਥੈਂਕ ਕਰਦਾ ਵਰੁਣ ਜੀ ਦਾ, ਜਿਹਨਾਂ ਨੇ ਸ਼ੋਅ ਨੂੰ ਪ੍ਰੋਡਿਊਸ ਕੀਤਾ ਹੈਗਾ, ਇਹਨਾਂ ਦੀ ਪੂਰੀ ਟੀਮ ਦਾ ਮੈਂ ਬਹੁਤ ਜ਼ਿਆਦਾ ਥੈਂਕਸ ਕਰਦਾ। ਥੈਂਕ ਯੂ ਵੈਰੀ ਮੱਚ।
मेरे वालों सारयां नूं सत श्री अकाल। मैं डॉक्टर सतविंदर सिंह संधु, चेयरमैन शिवालिक ग्रुप ऑफ इंस्टीट्यूट्स, रोहित नूं अते इस दे परिवार दे मैंबरां नूं बहुत बहुत बधाई दिंदा हाँ, जिसने कि पहला क्वार्टर फाइनल जिहड़ा है जित लिया है अते हुण ग्रांड फिनाले विच जा रहा है। इस दे माता जी श्रीमती गीता कुमारी जी, जो कि साढ़े इंस्टीट्यूट विच पिछले 2 साल तो सेवा निभा रहे हैं, बहुत ही मेहनती हैं अते ये अपने बच्चे रोहित नूं सवेर शाम रियाज़ ते लैके जांदे हैं। तो मैं आस करता हाँ, मैं परमात्मा नूं अरदास करता हाँ कि ये जो मेहनत कर रहे हैं गीता जी, इन्हां दे बच्चे दी जिहड़ी है वो सिरे चाढ़न अते अपने जिहड़े ग्रैंड फिनाले दे विचों फिर जित प्राप्त करन अते इलाके दा नां रोशन करन, इन्हां दे माता पिता दा नां रोशन करन ते सारे पंजाब दा नां रोशन करे। धन्नवाद। ਇੱਕ ਜਿੰਦ ਤੇਰੀ ਖੁਸ਼ੀਆਂ ਨਾਲ ਪਰੇ ਨੂੰ ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਤਰੇ ਦੂੰ, ਨਾ ਤੂੰ ਵਾਦਾ ਪੂਰਾ ਕੀਤਾ ਨਾ ਤੂੰ ਚੰਨ ਹੀ ਲੈ ਆਇਆ ਮੇਰੇ ਕਮਲੇ ਦਿਲ ਨੂੰ, ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ ਵੇ ਹੁਣ ਮੇਰੀ ਜਾਨ ਤੇ ਬਹਿ ਗਈ ਆ। हो दिल मेरा भी कर दे छड़ जा पर तेरी आदत पै गई आ, दिल मेरा भी कर दे छड़ जा पर तेरी आदत पै गई आ। हो नमस्कार जी, आई एम प्रिंसिपल फ्रॉम शिवालिक मॉडर्न सीनियर सेकेंडरी स्कूल न्यू संत नगर त्रिमा रोड गुरदासपुर। रोहित बैंस साडे स्कूल दा नर्सरी क्लास तो ही स्टूडेंट है अते नर्सरी तो ही लैके हुण तक ये बच्चा पढ़ाई दे विच बहुत ही वधिया है और पढ़ाई दे नाल नाल हौली हौली इस विद्यार्थी की रुचि संगीत वल वधदी गई। स्कूल दे विच जिन्ने भी कल्चर प्रोग्राम करवाए जाते हैं उन्हां दे विच ये पार्टिसिपेट करता है और बहुत ही वधिया गीत गाँदा है, जिस दे नाल ये सारे स्कूल दे अध्यापकां दा विद्यार्थियों का मन मोह लैंदा है। रोहित पाल बहुत ही होनहार विद्यार्थी है, स्कूल दे विच ये अध्यापकां दा आग्ञाकारी स्टूडेंट है और घर दे विच माता पिता का आग्ञाकारी बच्चा है। मीडियम फैमिली दे विचों बिलोंग करता है विद्यार्थी, पर इस दी हौली हौली रुचि संगीत वल वधन करके इसका जिहड़ा सपना पक्का हो गया कि मैं संगीत दे विच इस तो अगाह वधना है। स्कूल दी स्टेज तो शुरू होकर अज ये विद्यार्थी टीवी चैनल तक पहुँच चुका है तो सानू इस चीज़ की बहुत ही खुशी है कि ये अपनी संगीत दे नाल नाल स्कूल का नाम रोशन कर रहा है, अपने माता पिता का नाम रोशन कर रहा है। तो असी सारे मेरे स्कूल के स्टाफ मैंबर, मेरे स्कूल के चेयरमैन सर ते मैं प्रिंसीपल मैडम, असी सारे परमात्मा अगे अरदास करांगे कि इस विद्यार्थी ने जड़ा अपना लाइफ का एम लिया है परमात्मा इस नूं उस दे विच कामयाब करे और इस छोटी जी टीवी चैनल की स्टेज तो निकल के पूरे पंजाब पूरे वर्ल्ड का एक दिन फेमस सिंगर बने, जिस दे नाल अपने माता पिता का नाम भी रोशन करे, स्कूल का नाम भी रोशन करे। असी सारे इस दे लई जड़ी परमात्मा अगे अरदास करांगे कि साडे स्कूल का रोहित पाल ग्रैंड फिनाले दे विचों जित के आवे ते असी इसका बहुत ही जबरदस्त तरीके दे नाल स्कूल दे विच स्वागत करिए। थैंक यू। मेरा नाम सिमरनजीत सिंह है, मैं रोहित का बहुत चंगा दोस्त हाँ। मेरा नाम दिव्या शर्मा, रोहित मेरा बहुत चंगा दोस्त है, वो सिंगिंग तो बहुत वधिया सिंगिंग बहुत वधिया करता है, वो स्कूल हर एक फंक्शन पार्टिसिपेट करता है सिंगिंग का, रिसर्च भी कई बार सिंगिंग कर सिंगिंग सॉन्ग सुना है बहुत चंगे, वो बहुत होनहार स्टूडेंट है, वो आप ही उम्मीद करते हैं कि वो ग्रैंड फिनाले जीते। किसमें कितना है दम, किसमें कितना है दम, किसमें कितना है दम, शोर तेरी मिनी वाली मंगदा नी, बुलिया क संगदा नी, दिल मेरा मंगदा वो पै गया है, शोर तेरी मिनी वाली मंगदा नी, बुलिया क संगदा नी, दिल मेरा मंगदा वो ते तो किन्नियां दे दिल बिलो हारे, आउट फिट तेरी मुटे आ रे,
ਕੋਈ ਅੱਜ ਕਰਾਊ ਕਾਲੇ ਆਊਟਫਿਟ ਤੇਰੀ ਮੁਟਿਆਰੇ ਮੁੰਡਿਆਂ ਨੂੰ ਸੂਲੀ ਚਾੜੇ ਆਊਟਫਿਟ ਤੇਰੀ ਮੁਟਿਆਰੇ ਸ਼ਿਵ ਵਰੁਣ ਬਾਸਵਨ ਜੀ ਨੂੰ ਬਹੁਤ ਬਹੁਤ ਧੰਨਵਾਦ ਹੈ ਦਿਲੋਂ।